ਰੱਬ ਨੇ ਬਣਾਏ ਕਰਮ। ਸੰਗਤ ਜੀ ਗੱਜ ਕੇ ਆਖੋ ਸਤਨਾਮ। ਰੱਬ ਨੇ ਬਣਾਏ ਕਰਮ, ਆ ਕੀਤਾ ਈ ਤੇ ਆ ਭੋਗ, ਆ ਲਿਖਿਆ ਈ ਆ ਭੋਗ। ਉਹ ਕਰਮ ਦੁੱਖਾਂ ਦੇ ਵੀ ਨੇ ਤੇ ਸੁੱਖਾਂ ਦੇ ਵੀ ਨੇ। ਸੁੱਖਾਂ ਦੇ ਸੌਖੇ ਲੰਘ ਜਾਂਦੇ ਨੇ, ਦੁੱਖਾਂ ਦੇ ਤੰਗ ਕਰਦੇ ਨੇ। ਕਹਿੰਦੇ ਰੱਬ ਨੇ ਬਣਾਏ ਕਰਮ, ਉਹ ਕਰਮਾਂ ਨੂੰ ਕੋਈ ਐਸੀ ਵਸਤੂ ਹੈ, ਕੋਈ ਐਸਾ ਬੂਹਾ ਹੈ, ਕੋਈ ਐਸੀ ਜੁਗਤੀ ਹੈ ਜਿਹੜੀ ਕੱਟ ਦੇਵੇ ਜਾਂ ਛੋਟਾ ਕਰ ਦੇਵੇ। ਹੱਕ ਸਤਨਾਮ। ਰੱਬ ਨੇ ਕਰਮ ਬਣਾ ਤੇ, ਤੂੰ 12 ਸਾਲ ਗਰੀਬੀ ਭੋਗਣੀ ਹੈ। ਰੱਬ ਨੇ ਕਰਮ ਬਣਾ ਤੇ, ਤੇਰਾ ਤੇਰੀ ਜਨਾਨੀ ਨਾਲ 20 ਸਾਲ ਕਲੇਸ਼ ਰਹੇਗਾ। ਕੋਈ ਇਹੋ ਜਿਹੀ ਹੈ ਚੀਜ਼ ਕਿ 12 ਸਾਲ ਦੀ ਗਰੀਬੀ 12 ਦਿਨ ਦੀ ਰਹਿ ਜੇ, ਉਹ 20 ਸਾਲ ਦਾ ਕਲੇਸ਼ 20 ਘੰਟਿਆਂ ਦਾ ਰਹਿ ਜੇ, 20 ਦਿਨ ਦਾ ਰਹਿ ਜੇ, 20 ਹਫ਼ਤੇ ਦਾ ਰਹਿ ਜੇ? ਉਹ ਕਿਹੜਾ ਬੂਹ ਹੈ? ਉਹ ਕਿਹੜਾ ਗੇਟ ਏ? ਉਹ ਕਿਹੜੀ ਜੁਗਤੀ ਏ? ਉਹ ਕਿਹੜਾ ਰਸਤਾ ਹੈ ਜਿਹਦੇ ਚੋਂ ਮੈਂ ਲੰਘਾਂ, ਇਹ ਛੋਟੇ ਹੋ ਜਾਣ ਜਾਂ ਕੱਟੇ ਜਾਣ? ਤੇ ਯਾਦ ਰੱਖਿਓ, ਉਹ ਗੇਟ ਏ, ਉਹ ਬੂਹ ਹੈ, ਉਹ ਜੁਗਤੀ ਏ, ਉਹ ਰਸਤਾ ਹੈ ਤੁਹਾਡੇ ਰੱਬ ਦੇ ਬਣਾਏ ਕਰਮਾਂ ਨੂੰ ਕੱਟਣ ਵਾਲਾ। ਉਹ ਕਿਹੜਾ ਬੂਹ ਹੈ, ਕਿਹੜਾ ਗੇਟ ਏ, ਕਿਹੜਾ ਰਸਤਾ? ਕਹਿੰਦੇ ਤੇਰੇ ਕਰਮਾਂ ਨੂੰ ਕੱਟ ਸਕਦੀ ਹੈ ਇੱਕ ਚੀਜ਼, ਗੁਰੂ ਦੀ ਪ੍ਰਸੰਨਤਾ। ਆਖੋ ਸਤਨਾਮ। ਗੁਰੂ ਪ੍ਰਸੰਨ ਹੋ ਜੇ ਫਿਰ 12 ਸਾਲ ਦੀ 12 ਦਿਨ ਦੀ ਵੀ ਬਣ ਸਕਦੀ ਲਿਖੀ ਹੋਈ ਗਰੀਬੀ। ਉਹ ਕਿਹੜਾ ਬੂਹਾ, ਕਿਹੜਾ ਗੇਟ ਏ, ਉਹ ਕਿਹੜੀ ਜੁਗਤੀ ਏ, ਉਹ ਕਿਹੜੀ ਰਸਤਾ ਹੈ ਕਿਹੜਾ? ਕਹਿੰਦੇ ਉਹਨੂੰ ਗੁਰੂ ਦੀ ਪ੍ਰਸੰਨਤਾ ਕੱਟ ਸਕਦੀ। ਤੁਹਾਡੇ ਕੋਲ ਆਉਣ ਤੋਂ ਪਹਿਲਾਂ ਮੈਂ ਸ਼ਹੀਦਾਂ 'ਤੇ ਬੈਠਾ ਸਾਂ, ਬਾਬਾ ਦੀਪ ਸਿੰਘ ਦਰ 'ਤੇ। ਉੱਥੇ ਕਥਾ ਹੁੰਦੀ ਸ਼ਾਮੀ ਸੂਰਜ ਪ੍ਰਕਾਸ਼ ਦੀ, ਉਹ ਕਥਾ ਹੋ ਰਹੀ ਸੀ ਵੀ ਕਾਲੇ ਖਾਂ ਹੋਇਆ 6ਵੇਂ ਪਾਤਸ਼ਾਹ ਦੀ ਫੌਜ ਵਿੱਚ ਸੀ, ਹੈ ਮੁਸਲਮਾਨ ਸੀ ਪਰ ਸਤਿਗੁਰੂ ਦੀ ਫੌਜ ਵਿੱਚ ਸੀ। ਅਤੇ ਜਦੋਂ ਦੂਜੇ ਮੁਗਲਾਂ ਨਾਲ ਲੜਦਾ ਪਿਆ ਨਾ, ਅਤੇ ਉਹ ਜਿਹੜੇ ਨਾਲ ਲੜਦਾ ਪਿਆ ਉਹ ਬੜੇ ਮਹਾਬਲੀ ਸੀ, ਬੜੇ ਉਹ ਬਲ ਵਾਲੇ ਸੀ, ਬੜੇ ਤੇਜ਼ ਸੀ। ਅਤੇ ਕਹਿੰਦੇ ਉਹ ਮਹਾਬਲੀ ਹੋਣ ਕਰਕੇ, ਤੇਜ਼ ਹੋਣ ਕਰਕੇ, ਉਸ ਤੋਂ ਤਕੜੇ ਹੋਣ ਕਰਕੇ ਕਾਲੇ ਖਾਂ ਉਹਨਾਂ ਕੋਲੋਂ ਮਾਰ ਖਾ ਰਿਹਾ। ਮਾਰ ਖਾਣੀ ਇੱਕ ਹੱਥਾਂ ਦੀ, ਮੁੱਖਿਆਂ ਦੀ, ਇੱਕ ਜਦੋਂ ਕੋਈ ਹਥਿਆਰ ਦੀ ਫਿਰ ਮੌਤ ਦਾ ਡਰ ਹੈ। ਕਹਿੰਦੇ ਸਤਿਗੁਰੂ ਜੀ ਨੇ ਵੇਖਿਆ ਵੀ ਕਾਲੇ ਖਾਂ ਕਮਜ਼ੋਰ ਪੈ ਗਿਆ, ਅਤੇ ਆਪਣੀ ਦ੍ਰਿਸ਼ਟੀ ਵਰਤਾਈ ਅਤੇ ਕਿਰਪਾ ਵਰਤਾਈ, ਬਖਸ਼ਿਸ਼ ਵਰਤਾਈ, ਉਹਦਾ ਬਚਾਅ ਕਰਕੇ ਕਿਰਪਾ ਕੀਤੀ। ਜਦੋਂ ਕਾਲੇ ਖਾਂ ਅਤੇ ਹੋਰ ਸਿੰਘ ਸਾਰੇ ਆ ਗਏ ਨਾ 6ਵੇਂ ਪਾਤਸ਼ਾਹ ਕੋਲ, ਅਤੇ ਇੱਕ ਕਹਿੰਦਾ ਮੈਂ ਫਲਾਣਿਆਂ ਨੂੰ ਮਾਰਿਆ, ਦੂਜਾ ਕਹਿੰਦਾ ਮੈਂ ਇਹਨਿਆਂ ਨੂੰ ਮਾਰਿਆ, ਤੀਜਾ ਕਹਿੰਦਾ ਮੈਂ ਉਹਨੂੰ, ਕਾਲੇ ਖਾਂ ਕਹਿੰਦਾ ਸਤਿਗੁਰੂ ਮੈਂ ਵੀ ਉਹਨਾਂ ਨੂੰ ਬੜਾ ਮਾਰਿਆ, ਮੈਂ ਵੀ ਉਹਨਾਂ 4-5 ਨੂੰ
ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਕਾਲੇ ਖਾਂ ਜਿਨ੍ਹਾਂ ਨਾਲ ਤੂੰ ਲੜ ਰਿਹਾ ਸੈਂ ਦਮ ਨਾ ਮਾਰ, ਉਹ ਤੇਰੇ ਤੇ ਭਾਰੂ ਹੋ ਗਏ ਸੀ, ਭਾਰੂ ਹੋਣ ਤੋਂ ਬਾਅਦ ਉਹ ਆਪਣਾ ਬਰਛਾ ਤੈਨੂੰ ਮਾਰਨ ਲੱਗੇ ਸੀ, ਅਸੀਂ ਸੁਰਤੀ ਦੇ ਨਾਲ ਆਪਣੇ ਹੱਥ ਅੱਗੇ ਕਰਕੇ ਉਹਨਾਂ ਦੇ ਬਰਛੇ ਨੂੰ ਪਕੜਿਆ, ਇਹ ਬਰਛੇ ਦੇ ਨਿਸ਼ਾਨ ਸਾਡੇ ਹੱਥ ਦੇ ਵੇਖ ਲੈ, ਧਿਆਨ ਦੇਣਾ ਹੁਣ ਕੀ ਹੈ। ਕਰਮ ਲਿਖੇ ਨੇ ਬਰਛਾ ਵੱਜਣਾ, ਪਰ ਉਹਨੂੰ ਕੱਟਦਾ ਕੌਣ ਪਿਆ? ਗੁਰੂ ਦੀ ਪ੍ਰਸੰਨਤਾ। ਆਖੋ ਸਤਨਾਮ ਗੁਰੂ ਦੀ ਪ੍ਰਸੰਨਤਾ। ਮੈਨੂੰ ਗੱਲ ਬੜੀ ਚੰਗੀ ਲੱਗੀ, ਥੋੜਾ ਭੈਣਾ ਸੁਣ ਲਓ ਧਿਆਨ। ਉਹ ਸਾਰੇ ਸਿੰਘ ਪੁੱਛਦੇ ਤੇ ਕਾਲੇ ਖਾਂ ਵੀ ਪੁੱਛਦਾ, ਕਹਿੰਦਾ ਸਤਿਗੁਰੂ ਵੀ ਜਿਨ੍ਹਾਂ ਨਾਲ ਅਸੀਂ ਲੜ ਰਹੇ ਸਾਂ ਇੰਨੇ ਬਲ ਵਾਲੇ ਸੀ? ਸਤਿਗੁਰੂ ਕਹਿੰਦੇ ਉਹ ਮਹਾਂਬਲੀ ਸੀ। ਇੱਕ ਬਲੀ ਹੁੰਦਾ, ਇੱਕ ਮਹਾਂਬਲੀ। ਉਹ ਮਹਾਂਬਲੀ ਸੀ ਤੇ ਉਹ ਸਿੱਖਾਂ ਨੇ ਛੇਵੇਂ ਪਾਤਸ਼ਾਹ ਨੂੰ ਸਵਾਲ ਕਰਤਾ ਕਿ ਮਹਾਰਾਜ ਜੀ ਕਾਲੇ ਖਾਂ ਦਾ ਜਿਹਦੇ ਨਾਲ ਮੁਕਾਬਲਾ ਹੋ ਰਿਹਾ ਸੀ ਉਹ ਮਹਾਂਬਲੀ ਕਿਵੇਂ ਬਣ ਗਿਆ? ਉਹ ਮਹਾਂਬਲੀ ਬਣ ਕਿਵੇਂ ਗਿਆ? ਤੇ ਬੜਾ ਨਾ ਉਹ ਛੇਵੇਂ ਪਾਤਸ਼ਾਹ ਦਾ ਜਵਾਬ ਤੁਹਾਡੇ ਕੰਮ ਆਉਣ ਵਾਲਾ ਹੈ, ਸਾਡੇ ਵੀ। ਮਹਾਰਾਜ ਕਹਿੰਦੇ ਉਹ ਮਹਾਂਬਲੀ ਤਾਂ ਬਣਿਆ ਕਿ ਜਦੋਂ ਉਹ ਮਾਂ ਦੇ ਪੇਟ ਵਿੱਚ ਸੀ, ਸੁਣਿਓ, ਤੇ ਜਿੱਥੇ ਇਹਦਾ ਘਰ ਸੀ, ਘਰ ਤੋਂ 40 ਫੁੱਟ ਦੂਰ ਛੱਪੜ ਸੀ, ਤੇ ਉਸ ਛੱਪੜ ਤੇ ਇੱਕ ਸ਼ੇਰ ਰੋਜ਼ ਪਾਣੀ ਪੀਣ ਆਉਂਦਾ ਸੀ। ਇਹਦੀ ਮਾਂ ਉੱਠੀ ਜਿਹਦੇ ਪੇਟ 'ਚ ਬੱਚਾ, ਤੇ ਸ਼ੇਰ ਵੇਖਿਆ ਪਾਣੀ ਪੀਂਦਿਆਂ ਤੇ ਬੜਾ ਚੰਗਾ ਲੱਗਾ, ਤੇ ਜਿਸ ਟਾਈਮ ਸ਼ੇਰ ਨੇ ਆਉਣਾ ਨੇ ਉਹਨੇ ਰੋਜ਼ ਵੇਖਣਾ ਸ਼ੇਰ ਨੂੰ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਇਹ ਜਿੰਨਾ ਚਿਰ ਪੇਟ 'ਚ ਪਲਦਾ ਰਿਹਾ ਤੇ ਉਹਨਾਂ ਚਿਰ ਇਹਦੀ ਮਾਂ ਰੋਜ਼ ਸ਼ੇਰ ਦੇ ਦਰਸ਼ਨ ਕਰਦੀ ਰਹੀ ਹੈ, ਰੋਜ਼ ਸ਼ੇਰ ਦੇ ਦਰਸ਼ਨ ਕਰਨ ਕਰਕੇ ਉਹ ਬਲ ਜਿਹੜਾ ਨਾ ਉਹ ਇਹਦੇ ਵਿੱਚ ਆ ਗਿਆ ਗਰਭ 'ਚ ਆਉਂਦਿਆਂ ਹੀ। ਇਹਦੇ ਤੋਂ ਅੰਦਾਜ਼ਾ ਲਾਓ ਕਿ ਮਾਂ ਦੇ ਗਰਭ ਵਿੱਚ ਜਦੋਂ ਬੱਚਾ ਹੈ, ਜੇ ਉਹ ਚੰਗੀਆਂ ਚੀਜ਼ਾਂ ਵੇਖੇ ਤੇ ਚੰਗਾ ਅਸਰ ਬੱਚੇ 'ਤੇ ਪੈ ਸਕਦਾ ਹੈ, ਮੰਦੀਆਂ ਵੇਖੇ ਤੇ ਮੰਦਾ। ਇਹ ਇੱਕ ਸਤਿਗੁਰਾਂ ਦੀ ਜਿਹੜੀ ਬਖਸ਼ੀ ਹੋਈ ਸੁਮਤ ਸਾਨੂੰ ਇਹ ਲਾਭ ਦਿੰਦੀ ਹੈ ਕਿ ਇਹਦੀ ਮਾਂ ਰੋਜ਼ ਉਹ ਸ਼ੇਰ ਨੂੰ ਵੇਖਦੀ ਤੇ ਸ਼ੇਰ ਜਿਹੜਾ ਉਹ ਖੂੰਖਾਰ ਹੈ, ਮਹਾਂਬਲੀ ਹੈ, ਉਹ ਅਸਰ ਇਹਦੇ ਬੱਚੇ 'ਤੇ ਗਰਭ 'ਤੇ ਵੀ ਪੈਣਾ। ਮਹਾਰਾਜ ਕਹਿੰਦੇ ਜਿਹੜੀ ਮਾਤਾ ਚੰਗੀਆਂ ਚੀਜ਼ਾਂ ਵੇਖੇ, ਬਾਣੀ ਪੜ੍ਹੇ, ਸਿਮਰਨ ਕਰੇ, ਉਹਦਾ ਅਸਰ ਫਿਰ ਬੱਚੇ 'ਤੇ ਪੈਂਦਾ, ਜੇ ਦੂਜੀਆਂ ਚੀਜ਼ਾਂ ਵੇਖੇ ਤੇ ਉਹ ਅਸਰ ਪੈਂਦਾ। ਆਖੋ ਸਤਨਾਮ। ਸਤਿਗੁਰੂ ਨੇ ਆਪਣਾ ਹੱਥ ਵਿਖਾਇਆ ਸੱਜਾ, ਆਪ ਕਹਿੰਦੇ ਆਪ ਵੇਖ ਉਸ ਬਰਛੇ ਦੇ ਨਿਸ਼ਾਨ। ਹੁਣ ਕਰਮਾਂ 'ਚ ਲਿਖਿਆ ਉਸ ਚੀਜ਼ ਨੂੰ ਕੌਣ ਕੱਟ ਸਕਦਾ, ਕਿਹੜੀ ਜੁਗਤੀ, ਕਿਹੜਾ ਬੂਹਾ? ਗੁਰੂ ਦੀ ਪ੍ਰਸੰਨਤਾ। ਇਹ ਜਿਹੜੇ ਕਾਲੇ ਖਾਂ ਦੇ ਬੱਚੇ ਹੋਏ ਨੇ ਜੀ, ਇਹ ਫਿਰ ਗੁਰੂ ਘਰ ਤੋਂ ਵਿਛੜ ਗਏ, ਅਤ ਗਰੀਬੀ ਆ ਗਈ, ਗੁਰੂ ਘਰ ਤੋਂ ਟੁੱਟ ਗਏ, ਅਤ ਗਰੀਬੀ ਆ ਗਈ। ਅਤੇ ਉੱਧਰੋਂ ਵਿਹਲਾ ਆ ਗਿਆ ਗੁਰੂ ਹਰਿ ਸਾਹਿਬ ਜੀ, ਅਤੇ ਉਹ ਦੋਵਾਂ ਬੱਚਿਆਂ ਨੂੰ ਇਹਨਾਂ ਦਾ ਨਾਨਾ ਲੈ ਕੇ ਆਇਆ, ਨਾਨਾ। ਅਤੇ ਗੁਰੂ ਹਰਿ ਸਾਹਿਬ ਸਾਹਮਣੇ ਆ ਕੇ ਨਾ ਢਿੱਡ ਵਜਾਉਣ ਲੱਗ ਪਏ। ਆਖੋ ਸਤਨਾਮ। ਆਪਣਾ ਢਿੱਡ ਨੰਗਾ ਕਰਕੇ ਨਾ ਵਜਾਉਣ ਲੱਗ ਪਏ ਅਤੇ ਗੁਰੂ ਹਰਿ ਸਾਹਿਬ ਕਹਿੰਦੇ ਆ ਇਹ ਢਿੱਡ ਕਿਉਂ ਵਜਾ ਰਹੇ ਆ? ਅਤੇ ਕਹਿੰਦੇ ਮਹਾਰਾਜ ਕਾਲੇ ਖਾਂ ਨੂੰ ਛੇਵੇਂ ਪਾਤਸ਼ਾਹ ਦੀ ਪ੍ਰਸੰਨਤਾ ਮਿਲੀ ਹੈ, ਅੱਗੋਂ ਔਲਾਦ ਹੈ ਉਹਨਾਂ ਵਿੱਚੋਂ,
ਇਹਨਾਂ ਦੇ ਇੰਨੀ ਗਰੀਬੀ ਹੈ, ਢਿੱਡ ਵਜਾ ਰਹੇ ਨੇ, ਆਪ ਜੀ ਦੇ ਅੱਗੇ ਦੱਸ ਰਹੇ ਨੇ ਸਾਡੀ ਗਰੀਬੀ ਕੱਟ ਦਿਓ, ਅਸੀਂ ਅੱਤ ਗਰੀਬ ਹਾਂ, ਰੋਟੀ ਵੀ ਨਹੀਂ ਖਾਣ ਜੋਗੀ ਗੁਰੂ ਹਰਿਰਾਇ ਸਾਹਿਬ ਜੀ। ਤਾਂ ਇਹ ਨਾਨੇ ਨੇ ਕਿਹਾ ਕਿ ਇਹਨਾਂ ਨੂੰ ਮੈਂ ਪਾਲਦਾ ਪਿਆ, ਨਾਨਾ ਕਹਿੰਦਾ ਇਹ ਤਾਂ ਢਿੱਡ ਵਜਾ ਰਹੇ ਨੇ ਕਿ ਸਾਡੀ ਗਰੀਬੀ ਕੱਟ ਦਿਓ। ਮਹਾਰਾਜ ਮੌਜ ਵਿੱਚ, ਵੇਖੋ ਪਤਾ ਨਹੀਂ ਕਿੰਨੀ ਲਿਖੀ ਹੋਈ ਹੈ, ਕੱਪੜਾ ਵੀ ਨਹੀਂ, ਇੰਨੀ ਗਰੀਬੀ, ਰੋਟੀ ਵੀ ਨਹੀਂ ਪੂਰੀ ਨਸੀਬ, ਅਤੇ ਢਿੱਡ ਵੀ ਜਾਂਦੇ ਸੀ, ਉਹ ਆਦਤ ਪਈ ਸੀ ਢਿੱਡ ਵਜਾ ਕੇ ਮੰਗਣਾ। ਮਹਾਰਾਜ ਗੁਰੂ ਹਰਿ ਸਾਹਿਬ ਕੋਲ ਆਏ, ਉੱਥੇ ਵੀ ਕਰ, ਮਹਾਰਾਜ ਢਿੱਡ ਵਜਾਉਂਦੇ ਨੇ, ਰੋਟੀ ਨਹੀਂ ਰੱਜ ਕੇ ਮਿਲਦੀ, ਢਿੱਡ ਵਜਾ ਰਹੇ, ਗਰੀਬੀ ਹੈ, ਢਿੱਡ ਵਜਾ ਰਹੇ, ਕੱਪੜਾ ਵੀ ਨਹੀਂ ਪਹਿਨਣ ਨੂੰ, ਪੂਰਾ ਗਰੀਬ ਨਿਵਾਜ। ਗੁਰੂ ਹਰਿ ਸਾਹਿਬ ਮੌਜ ਚਾਏ, ਕਹਿੰਦੇ ਇਹ ਤਾਂ ਢਿੱਡ ਵਜਾਉਂਦੇ ਪਏ, ਇਹਨਾਂ ਨੂੰ ਰੋਟੀ ਵੀ ਨਹੀਂ ਰੱਜ ਕੇ ਮਿਲਦੀ। ਚੰਗਾ, ਇਹ ਗੁਰੂ ਘਰ ਹੈ, ਇਹ ਜਿਹੜੇ ਦੋਵੇਂ ਬੱਚੇ ਢਿੱਡ ਵਜਾ ਰਹੇ ਨੇ, ਰੋਟੀ ਵੀ ਨਹੀਂ ਰੱਜ ਕੇ ਮਿਲਦੀ, ਇਹਨਾਂ 'ਤੇ ਇੰਨੀ ਕਿਰਪਾ ਹੋਏਗੀ, ਇਹ ਦੂਜਿਆਂ ਦਾ ਢਿੱਡ ਭਰਨ ਵਾਲੇ ਬਣਨਗੇ। ਉਹ ਦੋਵੇਂ ਬੱਚੇ ਸਿਆਸਤ ਦੇ, ਰਿਆਸਤ ਦੇ ਰਾਜੇ ਬਣੇ, ਰਾਜੇ ਬਣੇ। ਇਹਨੂੰ ਕੀ ਕਹੋਗੇ, ਕਰਮ ਹੈ, ਸਾਰੀ ਜ਼ਿੰਦਗੀ ਤੁਹਾਨੂੰ ਰੋਟੀ ਵੀ ਨਹੀਂ ਰੱਜ ਕੇ ਮਿਲਣੀ। ਗੁਰੂ ਹਰਿਰਾਇ ਸਾਹਿਬ, ਤੁਸੀਂ ਦਿਆਲੂ ਹੋ ਜਾਓ, ਅਤੇ ਜਿਨ੍ਹਾਂ ਨੂੰ ਰੋਟੀ ਵੀ ਨਹੀਂ ਮਿਲਦੀ, ਉਹ ਵੀ ਰਾਜੇ ਰਿਆਸਤ ਦੇ ਬਣੇ, ਦੂਜਿਆਂ ਨੂੰ ਰੋਟੀ ਦੇਣ ਵਾਲੇ ਬਣ ਗਏ। ਇਹਨੂੰ ਕੀ ਕਹੋਗੇ, ਨੀਚ ਕੀਟ ਕੋ ਰਾਜ ਖਿੰਨ ਮੈਂ, ਨੀਚ ਕੀਟ ਭੈਣੋ, ਨੀਚ ਓਹ ਖਿੰਨ, ਨੀਚ